ਇਸੇ ਲਈ ਕਹਿੰਦੇ ਨੇ ਕਿ ਪਹਾੜਾਂ ਦੇ ਵਿੱਚ ਓਵਰਟੇਕ ਨਹੀਂ ਕਰਨਾ ਚਾਹੀਦਾ ਜਦ ਤੱਕ ਤੁਹਾਨੂੰ ਡਬਲ ਲੇਨ ਨਾ ਮਿਲੇ, ਦੋਹਰੀ ਲੇਨ ਨਾ ਮਿਲੇ, ਕਿਉਂਕਿ ਵਨ ਲੇਨ ਦੇ ਵਿੱਚ ਜੇਕਰ ਤੁਸੀਂ ਓਵਰਟੇਕ ਕਰੋਗੇ ਤਾਂ ਨਤੀਜੇ ਆ ਸਾਹਮਣੇ ਆ ਤੁਹਾਡੇ ਕਿ ਕਿਵੇਂ ਇਹ ਗੱਡੀ ਇੱਕ ਪਹਿਲਾਂ ਗੱਡੀ ਨੂੰ ਓਵਰਟੇਕ ਕਰਨ ਲੱਗੀ, ਫਿਰ ਮੂਹਰੇ ਉਹ ਟਰੱਕ ਆ ਗਿਆ, ਟਰੱਕ ਨੂੰ ਟੱਕਰ ਤੋਂ ਬਚਾਉਣ ਦੇ ਵਿੱਚ ਇਹ ਸਿੱਧਾ ਜਾ ਕੇ ਕੰਧ 'ਚ ਵੱਜਦੀ ਹੈ। ਟੱਕਰ ਇੰਨੀ ਭਿਆਨਕ ਸੀ ਕਿ ਗੱਡੀ ਦਾ ਜਿਹੜਾ ਮੂਰਲਾ ਹਿੱਸਾ ਹੈ ਉਹ ਪੂਰੀ ਤਰੀਕੇ ਦੇ ਨਾਲ ਨਸ਼ਟ ਹੋ ਗਿਆ। ਇਹ ਤਾਂ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਇੱਕ ਪਹਾੜੀ ਇਲਾਕੇ ਦੀਆਂ ਜਿੱਥੇ ਜ਼ੋਰਦਾਰ ਟੱਕਰ ਹੋਈ ਹੈ ਕਾਰ ਦੀ। ਜੇਕਰ ਕਾਰ ਥੋੜ੍ਹੀ ਜਿਹੀ ਅੱਗੇ ਜਾ ਕੇ ਟਕਰਾਉਂਦੀ ਤਾਂ ਸਿੱਧਾ ਹੇਠਾਂ ਡਿੱਗਣੀ ਸੀ ਇਹ ਕਾਰ, ਕਿਉਂਕਿ ਅੱਗੇ ਜਿਹੜੀ ਕੰਧਾਂ ਨੇ ਉਹ ਨਿੱਕੀਆਂ ਸੀ, ਕੰਧਾਂ ਟੁੱਟ ਕੇ ਸਿੱਧਾ ਥੱਲੇ ਵੀ ਜਾ ਸਕਦੀ ਸੀ, ਕਿਉਂਕਿ ਕਾਰਖਾਨਾ ਹੈ ਤਾਂ ਉੱਥੇ ਬਚਾਅ ਹੋ ਗਿਆ ਕਾਰ ਦਾ। ਜੇਕਰ ਕਾਰਖਾਨਾ ਨਾ ਹੁੰਦਾ ਤਾਂ ਵੱਡਾ ਹਾਦਸਾ ਹੋ ਜਾਣਾ ਸੀ। ਤਾਂ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਮਿੰਨੀ ਸਵਿਟਜ਼ਰਲੈਂਡ, ਹਿਮਾਚਲ ਦਾ ਕਿਹਾ ਜਾਣ ਵਾਲਾ ਸੋਲਨ ਸ਼ਹਿਰ, ਜਿੱਥੇ ਪਿਕਅਪ ਗੱਡੀ ਨੂੰ ਓਵਰਟੇਕ ਕਰਨ ਦੇ ਚੱਕਰ ਦੇ ਵਿੱਚ ਇਹ ਹਾਦਸਾ ਹੋਇਆ। ਇੱਕ ਗੱਡੀ, ਤੇਜ਼ ਰਫ਼ਤਾਰ ਗੱਡੀ ਜਾ ਕੇ ਸਿੱਧੀ ਦੀਵਾਰ ਦੇ ਵਿੱਚ ਵੱਜੀ ਹੈ, ਮੂਹਰਿਓਂ ਅਚਾਨਕ ਟਰੱਕ ਆ ਜਾਂਦਾ ਹੈ, ਟਰੱਕ ਦੇ ਵਿੱਚ ਟੱਕਰ ਨਾ ਹੋਵੇ ਇਸੇ ਨੂੰ ਬਚਾਉਣ ਦੇ ਚੱਕਰ 'ਚ ਇਹ ਸਾਰਾ ਹਾਦਸਾ ਹੋਇਆ। ਤਾਂ ਸੀਸੀਟੀਵੀ ਤਸਵੀਰਾਂ ਨੇੜੇ ਲੱਗੇ ਇੱਕ ਦੁਕਾਨ ਦੇ ਵਿੱਚ ਕੈਦ ਹੋ ਗਈਆਂ ਨੇ। ਤਾਂ ਬਹੁਤ ਹੀ ਜ਼ਿਆਦਾ ਜਿਹੜਾ ਭਿਆਨਕ ਇਹ ਹਾਦਸਾ ਹੋਇਆ ਹੈ, ਸੋਲਨ ਸ਼ਹਿਰ ਦੇ ਵਿੱਚ ਇਹ ਹਾਦਸਾ ਹੋਇਆ ਹੈ। ਦੇਖੋ ਕਿੰਨੀ ਤੇਜ਼ ਰਫ਼ਤਾਰ ਜਿਹੜੀ ਗੱਡੀ ਸੀ ਓਵਰਟੇਕ ਕਰਨ ਵੇਲੇ ਹਾਦਸਾ ਹੋਇਆ। ਤਾਂ ਜੋ ਸ਼ਖਸ ਪਹਾੜਾਂ ਦੇ ਵਿੱਚ ਓਵਰਟੇਕ ਕਰਦੇ ਨੇ, ਬੁਰੀ ਤਰੀਕੇ ਦੇ ਨਾਲ ਗੱਡੀ ਚਲਾਉਂਦੇ ਨੇ, ਉਸ ਸ਼ਖਸ ਨੂੰ ਇਹ ਵੀਡੀਓ ਜ਼ਰੂਰ ਸ਼ੇਅਰ ਕਰਿਓ। ਇਸੇ ਲਈ ਕਹਿੰਦੇ ਨੇ ਕਿ ਪਹਾੜਾਂ ਦੇ ਵਿੱਚ ਓਵਰਟੇਕ ਨਹੀਂ ਕਰਨਾ ਚਾਹੀਦਾ ਜਦ ਤੱਕ ਤੁਹਾਨੂੰ ਡਬਲ ਲੇਨ ਨਾ ਮਿਲੇ, ਦੋਹਰੀ ਲੇਨ ਨਾ ਮਿਲੇ, ਕਿਉਂਕਿ ਵਨ ਲੇਨ ਦੇ ਵਿੱਚ ਜੇਕਰ ਤੁਸੀਂ ਓਵਰਟੇਕ ਕਰੋਗੇ ਤਾਂ ਨਤੀਜੇ ਆ ਸਾਹਮਣੇ ਆ ਤੁਹਾਡੇ ਕਿ ਕਿਵੇਂ ਇਹ ਗੱਡੀ ਇੱਕ ਪਹਿਲਾਂ ਗੱਡੀ ਨੂੰ ਓਵਰਟੇਕ ਕਰਨ ਲੱਗੀ, ਫਿਰ ਮੂਹਰੇ ਉਹ ਟਰੱਕ ਆ ਗਿਆ, ਟਰੱਕ ਨੂੰ ਟੱਕਰ ਤੋਂ ਬਚਾਉਣ ਦੇ ਵਿੱਚ ਇਹ ਸਿੱਧਾ ਜਾ ਕੇ ਕੰਧ 'ਚ ਵੱਜਦੀ ਹੈ। ਟੱਕਰ ਇੰਨੀ ਭਿਆਨਕ ਸੀ ਕਿ ਗੱਡੀ ਦਾ ਜਿਹੜਾ ਮੂਰਲਾ ਹਿੱਸਾ ਹੈ ਉਹ ਪੂਰੀ ਤਰੀਕੇ ਦੇ ਨਾਲ ਨਸ਼ਟ ਹੋ ਗਿਆ। ਇਹ ਤਾਂ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਇੱਕ ਪਹਾੜੀ ਇਲਾਕੇ ਦੀਆਂ ਜਿੱਥੇ ਜ਼ੋਰਦਾਰ ਟੱਕਰ ਹੋਈ ਹੈ ਕਾਰ ਦੀ। ਜੇਕਰ ਕਾਰ ਥੋੜ੍ਹੀ ਜਿਹੀ ਅੱਗੇ ਜਾ ਕੇ ਟਕਰਾਉਂਦੀ ਤਾਂ ਸਿੱਧਾ ਹੇਠਾਂ ਡਿੱਗਣੀ ਸੀ ਇਹ ਕਾਰ, ਕਿਉਂਕਿ ਅੱਗੇ ਜਿਹੜੀ ਕੰਧਾਂ ਨੇ ਉਹ ਨਿੱਕੀਆਂ ਸੀ, ਕੰਧਾਂ ਟੁੱਟ ਕੇ ਸਿੱਧਾ ਥੱਲੇ ਵੀ ਜਾ ਸਕਦੀ ਸੀ, ਕਿਉਂਕਿ ਕਾਰਖਾਨਾ ਹੈ ਤਾਂ ਉੱਥੇ ਬਚਾਅ ਹੋ ਗਿਆ ਕਾਰ ਦਾ। ਜੇਕਰ ਕਾਰਖਾਨਾ ਨਾ ਹੁੰਦਾ ਤਾਂ ਵੱਡਾ ਹਾਦਸਾ ਹੋ ਜਾਣਾ ਸੀ। ਤਾਂ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਮਿੰਨੀ ਸਵਿਟਜ਼ਰਲੈਂਡ, ਹਿਮਾਚਲ ਦਾ ਕਿਹਾ ਜਾਣ ਵਾਲਾ ਸੋਲਨ ਸ਼ਹਿਰ, ਜਿੱਥੇ ਪਿਕਅਪ ਗੱਡੀ ਨੂੰ ਓਵਰਟੇਕ ਕਰਨ ਦੇ ਚੱਕਰ ਦੇ ਵਿੱਚ ਇਹ ਹਾਦਸਾ ਹੋਇਆ। ਇੱਕ ਗੱਡੀ, ਤੇਜ਼ ਰਫ਼ਤਾਰ ਗੱਡੀ ਜਾ ਕੇ ਸਿੱਧੀ ਦੀਵਾਰ ਦੇ ਵਿੱਚ ਵੱਜੀ ਹੈ, ਮੂਹਰਿਓਂ ਅਚਾਨਕ ਟਰੱਕ ਆ ਜਾਂਦਾ ਹੈ, ਟਰੱਕ ਦੇ ਵਿੱਚ ਟੱਕਰ ਨਾ ਹੋਵੇ ਇਸੇ ਨੂੰ ਬਚਾਉਣ ਦੇ ਚੱਕਰ 'ਚ ਇਹ ਸਾਰਾ ਹਾਦਸਾ ਹੋਇਆ। ਤਾਂ ਸੀਸੀਟੀਵੀ ਤਸਵੀਰਾਂ ਨੇੜੇ ਲੱਗੇ ਇੱਕ ਦੁਕਾਨ ਦੇ ਵਿੱਚ ਕੈਦ ਹੋ ਗਈਆਂ ਨੇ। ਤਾਂ ਬਹੁਤ ਹੀ ਜ਼ਿਆਦਾ ਜਿਹੜਾ ਭਿਆਨਕ ਇਹ ਹਾਦਸਾ ਹੋਇਆ ਹੈ, ਸੋਲਨ ਸ਼ਹਿਰ ਦੇ ਵਿੱਚ ਇਹ ਹਾਦਸਾ ਹੋਇਆ ਹੈ। ਦੇਖੋ ਕਿੰਨੀ ਤੇਜ਼ ਰਫ਼ਤਾਰ ਜਿਹੜੀ ਗੱਡੀ ਸੀ ਓਵਰਟੇਕ ਕਰਨ ਵੇਲੇ ਹਾਦਸਾ ਹੋਇਆ। ਤਾਂ ਜੋ ਸ਼ਖਸ ਪਹਾੜਾਂ ਦੇ ਵਿੱਚ ਓਵਰਟੇਕ ਕਰਦੇ ਨੇ, ਬੁਰੀ ਤਰੀਕੇ ਦੇ ਨਾਲ ਗੱਡੀ ਚਲਾਉਂਦੇ ਨੇ, ਉਸ ਸ਼ਖਸ ਨੂੰ ਇਹ ਵੀਡੀਓ ਜ਼ਰੂਰ ਸ਼ੇਅਰ ਕਰਿਓ।